ਸੋ ਪਿਆਰੇ ਵਿਦਿਆਰਥੀਓ, ਪ੍ਰੀਖਿਆ ਦੀ ਦ੍ਰਿਸ਼ਟੀ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਮੇਰੀ ਸੈਕਿੰਡ ਵੀਡੀਓ, ਜਿਸ ਵਿੱਚ ਮੈਂ ਤੁਹਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਦੀਆਂ ਮੁੱਖ ਜਿਹੜੀਆਂ ਜਿੱਤਾਂ ਨੇ ਪ੍ਰੀਖਿਆ ਦੇ ਅਨੁਸਾਰ ਉਹ ਸਾਂਝੀਆਂ ਕਰ ਰਿਹਾ ਹਾਂ। ਸੋ ਸਭ ਤੋਂ ਪਹਿਲੇ ਲਾਹੌਰ ਦੀ ਜਿੱਤ ਸੰਨ 1799। ਲਾਹੌਰ ਸ਼ਹਿਰ ਜਿਹੜਾ ਹੈ ਉਹ ਬੜੇ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਧਾਨੀ ਚੱਲਿਆ ਆ ਰਿਹਾ ਸੀਗਾ, ਬੜਾ ਖਾਸ ਸ਼ਹਿਰ ਸੀ। ਅਤੇ ਇੱਥੇ ਭੰਗੀ ਮਿਸਲ ਦੇ ਜਿਹੜੇ ਸਰਦਾਰ ਸਨ, ਸਾਹਿਬ ਸਿੰਘ, ਮੇਹਰ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ, ਇਹ ਸ਼ਾਸਨ ਕਰ ਰਹੇ ਸਨ। ਇਹ ਸ਼ਾਸਕ ਅਯੋਗ ਸਨ ਅਤੇ ਜ਼ਿਆਦਾ ਐਸ਼ ਪ੍ਰਸਤੀ ਵਿੱਚ ਰਹਿੰਦੇ ਸਨ। ਸੋ ਜਿਹੜਾ ਸ਼ਾਹ ਜ਼ਮਾਨ ਸੀ, ਅਫਗਾਨਿਸਤਾਨ ਦਾ ਜਿਹੜਾ ਸ਼ਾਸਕ ਸੀ, ਉਹ ਵੀ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਅਤੇ ਉਹਨੇ 1793 ਤੋਂ ਲੈ ਕੇ 1798 ਈਸਵੀ ਤੱਕ 4 ਵਾਰੀ ਇਹਦੇ 'ਤੇ ਹਮਲਾ ਕੀਤਾ, ਪਰ ਅਫਗਾਨਿਸਤਾਨ ਦੀ ਜਿਹੜੀ ਹਾਲਤ ਸੀ ਉਹ ਚੰਗੀ ਨਹੀਂ ਸੀ ਹੈਗੀ, ਉਹਨੂੰ ਵਾਪਸ ਜਾਣਾ ਪੈਂਦਾ ਸੀ। ਸੋ ਆਪਣੀ ਮੰਸ਼ਾ ਜਿਹੜੀ ਹੈ ਉਹ ਪੂਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ, ਅਤੇ ਉਹਨਾਂ ਨੇ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਖਿਲਾਫ਼ 7 ਜੁਲਾਈ 1799 ਨੂੰ ਲਾਹੌਰ ਦੀ ਜਿਹੜੀ ਲੜਾਈ ਹੁੰਦੀ ਹੈ ਉੱਥੇ ਕਬਜ਼ਾ ਹੁੰਦਾ ਹੈ। ਦੋ ਸਰਦਾਰ ਜਿਹੜੇ ਨੇ, ਸਾਹਿਬ ਸਿੰਘ ਅਤੇ ਮੋਹਰ ਸਿੰਘ, ਉਹ ਦੌੜ ਜਾਂਦੇ ਨੇ ਅਤੇ ਚੇਤ ਸਿੰਘ ਥੋੜ੍ਹਾ ਜਿਹਾ ਮੁਕਾਬਲਾ ਕਰਨ ਤੋਂ ਬਾਅਦ ਉਹ ਵੀ ਚਲਾ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਲਾਹੌਰ ਦੇ ਉੱਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਂਦਾ ਹੈ। ਨੈਕਸਟ ਸਾਡੀ ਜਿੱਤ ਹੈ ਅੰਮ੍ਰਿਤਸਰ ਦੀ ਜਿੱਤ। ਸੰਨ ਨੋਟ ਕਰੋ 1805 ਈਸਵੀ। ਇਹ ਜਿਹੜਾ ਅੰਮ੍ਰਿਤਸਰ ਸੀਗਾ, ਇੱਥੇ ਵੀ ਭੰਗੀ ਮਿਸਲ ਦੇ ਸਰਦਾਰ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਜਿਹੜੀ ਸੀਗੀ, ਉਹ ਆਪਣੇ ਨਾਬਾਲਗ ਬੇਟੇ ਗੁਰਦਿੱਤ ਸਿੰਘ ਦੇ ਨਾਂ 'ਤੇ ਸ਼ਾਸਨ ਕਰ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸਦੇ ਹਵਾਲੇ ਕਰਨ ਲਈ ਕਿਹਾ। ਮਾਈ ਸੁੱਖਾਂ ਜਿਹੜੀ ਹੈ ਉਹ ਇਨਕਾਰ ਕਰ ਦਿੰਦੀ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ 'ਤੇ ਹਮਲਾ ਕਰ ਦਿੰਦੇ ਨੇ ਅਤੇ ਮਾਈ ਸੁੱਖਾਂ ਥੋੜ੍ਹੇ ਜਿਹੇ ਵਿਰੋਧ ਕਰਨ ਤੋਂ ਬਾਅਦ ਹਾਰ ਜਾਂਦੀ ਹੈ। ਇਸ ਤਰੀਕੇ ਨਾਲ ਰਣਜੀਤ ਸਿੰਘ ਚੜ੍ਹਦੀਆਂ ਕਲਾਂ 'ਚ ਜਾਣੇ ਸ਼ੁਰੂ ਹੋ ਜਾਂਦੇ ਹਨ। ਸਾਡੀ ਅਗਲੀ ਜਿੱਤ ਜਿਹੜੀ ਹੈ ਉਹ ਪਹਾੜੀ ਰਿਆਸਤ ਦੀ ਹੈ, ਕਾਂਗੜੇ ਦੀ ਜਿੱਤ। ਬੜੀ ਖਾਸ ਜਿੱਤ ਹੈ। ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ, ਉਹਨਾਂ ਨੂੰ ਪਹਾੜੀ ਰਾਜਾ ਜਿਹੜਾ ਸੀ ਕਾਂਗੜੇ ਦਾ, ਸੰਸਾਰ ਚੰਦ, ਉਹ ਉਹਨਾਂ ਦੀ ਹੈਲਪ ਲੈਂਦਾ ਹੈ ਕਿਉਂਕਿ ਦੂਸਰੇ ਪਾਸਿਓਂ ਗੋਰਖੇ ਜਿਹੜੇ ਨੇ ਉਹ ਉਹਦੇ ਰਾਜ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਸੰਸਾਰ ਚੰਦ ਦੀ ਸਹਾਇਤਾ ਕਰਦਾ ਹੈ, ਪਰ ਜਿਹੜਾ ਉਹਨੇ ਵਚਨ ਦਿੱਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਤੁਹਾਡੇ ਤੁਹਾਨੂੰ ਅਸੀਂ ਜਿਹੜਾ ਹੈ ਕਾਂਗੜੇ ਦਾ ਕਿਲ੍ਹਾ ਤੁਹਾਡੇ ਹਵਾਲੇ ਕਰ ਦਿਆਂਗੇ, ਉਹ ਦੇਣ ਤੋਂ ਇਨਕਾਰ ਕਰਦਾ ਹੈ। ਮਹਾਰਾਜਾ ਰਣਜੀਤ ਸਿੰਘ ਉਹਦੇ ਬੇਟੇ ਅਨੁਰੋਧ ਨੂੰ ਕੈਦ ਕਰ ਲੈਂਦਾ ਹੈ ਅਤੇ ਅੰਤ ਵਿੱਚ ਸੰਸਾਰ ਚੰਦ ਨੂੰ ਜਿਹੜਾ ਹੈ ਉਹ ਕਾਂਗੜੇ ਦਾ ਕਿਲ੍ਹਾ ਦੇਣਾ ਪੈਂਦਾ ਹੈ। ਇਸ ਤਰੀਕੇ ਦੇ ਨਾਲ ਜਿਹੜੀਆਂ ਪਹਾੜੀ ਰਿਆਸਤਾਂ ਸਨ ਉੱਥੇ, ਉਹਨਾਂ 'ਤੇ ਮਹਾਰਾਜਾ ਰਣਜੀਤ ਸਿੰਘ ਦੀ ਬੱਲੇ ਬੱਲੇ ਹੋਣੀ ਸ਼ੁਰੂ ਹੋ ਜਾਂਦੀ ਹੈ। ਚੰਬਾ ਹੈ, ਨੂਰਪੁਰ ਹੈ, ਕੋਟਲਾ ਹੈ, ਸ਼ਾਹਪੁਰ ਹੈ, ਜਸਰੋਟਾ, ਬਸੋਲੀ, ਮੰਡੀ, ਸੁਕੇਤ, ਕੁੱਲੂ ਆਦਿ ਜਿਹੜੇ ਨੇ ਉਹਦੀ ਮਹਾਰਾਜਾ ਰਣਜੀਤ ਸਿੰਘ ਦੀ ਰਾਜੇ ਜਿਹੜੇ ਨੇ ਪਹਾੜੀ ਰਾਜੇ ਅਧੀਨਤਾ ਸਵੀਕਾਰ ਕਰ ਲੈਂਦੇ ਨੇ। ਇਸ ਤੋਂ ਅੱਗੇ ਆ ਸਾਡੇ ਕੋਲ ਅਟਕ ਦੀ ਜਿੱਤ। ਅਟਕ ਦੀ ਜਿੱਤ ਜਿਹੜੀ ਬੜੀ ਖਾਸ ਹੈ, ਸੰਨ ਨੋਟ ਕੀਤਾ ਜਾਵੇ 1813 ਈਸਵੀ। ਇਹ ਲੜਾਈ ਜਿੱਤੀ ਸੀਗੀ 13 ਜੁਲਾਈ 1813 ਨੂੰ। ਇਹਨੂੰ ਹਜਰੋ ਜਾਂ ਹੈਦਰੋ ਦੀ ਲੜਾਈ ਵੀ ਕਹਿੰਦੇ ਹਾਂ, ਜਿਹਨੂੰ ਕਿ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਕੀਤਾ ਸੀਗਾ। ਸਾਹਮਣੇ ਦੁਸ਼ਮਣ ਸੀਗਾ ਅਫਗਾਨਿਸਤਾਨ ਦਾ ਵਜ਼ੀਰ ਫਤਿਹ ਖਾਂ। ਹੁਣ ਇਹ ਵਜ਼ੀਰ ਫਤਿਹ ਖਾਂ ਜਿਹੜਾ ਹੈ ਉਹਦੀ ਸਟੋਰੀ ਇਹ ਹੈ ਕਿ ਅਟਕ ਦਾ ਜਿਹੜਾ ਕਿਲ੍ਹਾ ਸੀਗਾ ਉਹ ਬੜਾ ਖਾਸ ਕਿਲ੍ਹਾ ਸੀ ਭੂਗੋਲਿਕ ਦ੍ਰਿਸ਼ਟੀ ਤੋਂ, ਅਤੇ ਅਟਕ ਦੇ ਉੱਤੇ ਅਫਗਾਨਿਸਤਾਨ ਦਾ ਜਿਹੜਾ ਬਾਗੀ ਗਵਰਨਰ ਸੀਗਾ ਜਹਾਂਦਾਦ ਖਾਨ, ਉਹ ਸ਼ਾਸਨ ਕਰ ਰਿਹਾ ਸੀ। ਹੁਣ 1813 ਈਸਵੀ ਨੂੰ ਜਦੋਂ ਕਾਬਲ ਦਾ ਵਜ਼ੀਰ ਜਿਹੜਾ ਹੈ ਫਤਿਹ ਖਾਂ ਉਹ ਕਸ਼ਮੀਰ ਦੇ ਉੱਤੇ ਹਮਲਾ ਕਰਦਾ ਹੈ, ਅਤੇ ਉਹ ਇਹ ਜਿਹੜਾ ਜਹਾਂਦਾਦ ਖਾਂ ਹੈ ਉਹਦਾ ਭਰਾ ਉੱਥੇ ਰਾਜ ਕਰ ਰਿਹਾ ਸੀਗਾ ਅਤਾ ਮੁਹੰਮਦ, ਉਸ ਨੂੰ ਹਰਾ ਦਿੰਦਾ ਹੈ। ਜਹਾਂਦਾਦ ਖਾਨ ਡਰ ਜਾਂਦਾ ਹੈ ਕਿ ਹੁਣ ਪੱਕੀ ਗੱਲ ਹੈ ਫਤਿਹ ਖਾਨ ਜਿਹੜਾ ਹੈ ਉਹ ਮੇਰੇ ਵੱਲ ਆਏਗਾ, ਅਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ
1 ਲੱਖ ਰੁਪਏ ਦੀ ਸਲਾਨਾ ਜਗੀਰ ਦੇ ਬਦਲੇ ਅਟਕ ਦਾ ਕਿਲਾ ਦੇ ਦਿੰਦਾ ਹੈ। ਜਦੋਂ ਇਹ ਗੱਲ ਫਤਿਹ ਖਾਨ ਨੂੰ ਪਤਾ ਲੱਗਦੀ ਹੈ ਤੇ ਉਹ ਬੜਾ ਗੁੱਸੇ ਵਿੱਚ ਆ ਜਾਂਦਾ ਹੈ ਤੇ 13 ਜੁਲਾਈ 1813 ਈਸਵੀ ਨੂੰ ਹਜਰੋ ਨਾਮ ਦੀ ਜਗ੍ਹਾ ਦੇ ਉੱਤੇ ਇਹ ਲੜਾਈ ਹੋਈ ਬੜੀ ਭਿਆਨਕ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਹੁੰਦੀ ਹੈ। ਅਗਲੀ ਜਿੱਤ ਜਿਹੜੀ ਹੈ ਮੁਲਤਾਨ ਦੀ ਜਿੱਤ ਹੈ, ਬੜੀ ਖਾਸ ਹੈ ਕਿਉਂਕਿ ਇਹ ਮੁਸਲਿਮ ਰਿਆਸਤਾਂ ਨੇ ਜਿਨ੍ਹਾਂ ਨੂੰ ਰਣਜੀਤ ਸਿੰਘ ਲਗਾਤਾਰ ਜਿੱਤਦੇ ਜਾ ਰਹੇ ਸਨ। 1802 ਈਸਵੀ ਤੋਂ ਲੈ ਕੇ 1817 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਨੇ 6 ਵਾਰੀ ਮੁਲਤਾਨ 'ਤੇ ਹਮਲਾ ਕੀਤਾ, ਜਿੱਤ ਪ੍ਰਾਪਤ ਕੀਤੀ। ਉੱਥੋਂ ਦਾ ਜਿਹੜਾ ਸ਼ਾਸਕ ਸੀਗਾ ਨਵਾਬ ਮੁਜ਼ੱਫਰ ਖਾਂ, ਉਹ ਹਰ ਵਾਰੀ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਤੋਰ ਦਿੰਦਾ ਸੀਗਾ, ਪਰ 1818 ਈਸਵੀ ਨੂੰ ਰਣਜੀਤ ਸਿੰਘ ਨੇ ਪੱਕਾ ਧੱਈਆ ਧਾਰ ਲਿਆ ਕਿ ਮੈਂ ਹੁਣ ਮੁਲਤਾਨ ਦੇ ਉੱਤੇ ਕਬਜ਼ਾ ਕਰਨਾ ਹੈ। ਇਸ ਉਦੇਸ਼ ਦੇ ਨਾਲ ਮਿਸਰ ਦੀਵਾਨ ਚੰਦ ਦੀ ਅਗਵਾਈ ਦੇ ਹੇਠ ਜਿਹੜਾ ਹੈ ਉਹ ਕਬਜ਼ਾ ਕਰ ਲਿਆ ਜਾਂਦਾ ਹੈ ਮੁਲਤਾਨ ਦੇ ਉੱਤੇ। 4 ਮਹੀਨੇ ਲੜਾਈ ਹੁੰਦੀ ਹੈ ਅਤੇ 2 ਜੂਨ 1818 ਨੂੰ ਜਿਹੜਾ ਹੈ ਮਿਸਰ ਦੀਵਾਨ ਚੰਦ ਇਹ ਜੰਗ ਜਿੱਤ ਜਾਂਦੇ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਮਿਸਰ ਦੀਵਾਨ ਚੰਦ ਨੂੰ ਜ਼ਫਰ ਜੰਗ ਦੇ ਖਿਤਾਬ ਨਾਲ ਵੀ ਨਵਾਜਦੇ ਹਨ। ਹੁਣ ਸਟੋਰੀ ਆਉਂਦੀ ਹੈ ਕਸ਼ਮੀਰ ਦੀ। ਸਭ ਤੋਂ ਪਹਿਲੇ ਅਫਗਾਨਿਸਤਾਨ ਦਾ ਸ਼ਾਸਕ ਵਜ਼ੀਰ ਜਿਹੜਾ ਹੈ ਉਹ ਫਤਿਹ ਖਾਨ ਜਿਹੜਾ ਹੈ ਉਹ ਕਸ਼ਮੀਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਵੀ ਕਸ਼ਮੀਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਸੋ ਉੱਥੇ ਅਫਗਾਨਿਸਤਾਨ ਦਾ ਬਾਗੀ ਜਿਹੜਾ ਗਵਰਨਰ ਹੈ ਅਤਾ ਮੁਹੰਮਦ ਉਹ ਉੱਥੇ ਰਾਜ ਕਰ ਰਿਹਾ ਹੈ। ਹੁਣ ਅਤਾ ਮੁਹੰਮਦ ਜਿਹੜਾ ਹੈ ਉਹਦੇ ਖਿਲਾਫ ਮਹਾਰਾਜਾ ਰਣਜੀਤ ਸਿੰਘ ਅਤੇ ਅਫਗਾਨਿਸਤਾਨ ਦਾ ਜਿਹੜਾ ਗਵਰਨਰ ਹੈ ਫਤਿਹ ਮੁਹੰਮਦ, ਸਾਂਝੀਆਂ ਫੌਜਾਂ ਜਿਹੜੀਆਂ ਨੇ ਉਹ ਕਸ਼ਮੀਰ ਦੇ ਉੱਤੇ ਹਮਲਾ ਕਰਦੀਆਂ ਨੇ। ਸੰਨ ਹੈ 1813 ਈਸਵੀ। ਰਣਜੀਤ ਸਿੰਘ ਨੂੰ ਫਤਿਹ ਮੁਹੰਮਦ ਕਹਿੰਦਾ ਹੈ ਕਿ ਤੁਹਾਨੂੰ ਜਿਹੜਾ ਲੜਾਈ ਜਾਂ ਜਿੱਤ ਤੋਂ ਬਾਅਦ ਜੋ ਵੀ ਲੁੱਟ ਦਾ ਮਾਲ ਹੋਏਗਾ ਉਹ 1/3 ਮਿਲੇਗਾ, 1/3 ਹਿੱਸਾ ਮਿਲੇਗਾ, ਪਰ ਬਾਅਦ ਵਿੱਚ ਉਹ ਮੁੱਕਰ ਜਾਂਦਾ ਹੈ। ਰਣਜੀਤ ਸਿੰਘ ਜਿਹੜਾ ਹੈ ਉਹ ਫਿਰ 1814 ਈਸਵੀ ਨੂੰ ਕਸ਼ਮੀਰ 'ਤੇ ਦੂਜੀ ਵਾਰ ਹਮਲਾ ਕਰਦਾ ਹੈ, ਪਰ ਇੱਥੇ ਰਣਜੀਤ ਸਿੰਘ ਦੀ ਹਾਰ ਹੁੰਦੀ ਹੈ। ਐਂਡ ਦੇ ਵਿੱਚ 5 ਜੁਲਾਈ 1849 ਨੂੰ ਤੀਸਰੇ ਹਮਲੇ ਦੇ ਵਿੱਚ ਸੁਪੀਨ ਨਾਮ ਦੀ ਜਗ੍ਹਾ ਦੇ ਉੱਤੇ ਇਹਨਾਂ ਦਾ ਮੁਕਾਬਲਾ ਹੁੰਦਾ ਹੈ ਅਤੇ ਉੱਥੋਂ ਦਾ ਮੌਜੂਦਾ ਗਵਰਨਰ ਜ਼ਬਰ ਖਾਨ ਜਿਹੜਾ ਹੈ ਉਹ ਹਾਰ ਜਾਂਦਾ ਹੈ ਅਤੇ ਕਸ਼ਮੀਰ ਪਰਮਾਨੈਂਟ ਮਹਾਰਾਜਾ ਰਣਜੀਤ ਸਿੰਘ ਦੇ ਖੇਮੇ ਵਿੱਚ ਆ ਜਾਂਦਾ ਹੈ। ਹੁਣ ਸਾਡੇ ਕੋਲ ਆਖਰੀ ਜਿੱਤ ਹੈ, ਬੜੀ ਖਾਸ ਜਿੱਤ, ਪਿਸ਼ਾਵਰ ਦੀ ਜਿੱਤ। ਸੰਨ ਹੈ 1834 ਈਸਵੀ। ਹੁਣ ਪਿਸ਼ਾਵਰ ਜਿਹੜਾ ਸੀਗਾ ਬਿਲਕੁਲ ਅਫਗਾਨਿਸਤਾਨ ਜਿਹੜਾ ਹੈ ਉਹਦੀ ਬਾਉਂਡਰੀ ਹੈ, ਉੱਥੇ ਖੜ੍ਹਾ ਇਹ ਇੱਕ ਰਾਜ ਹੈ ਜਿਹਦੇ 'ਤੇ ਅਫਗਾਨਾਂ ਦਾ ਸ਼ੁਰੂ ਤੋਂ ਹੀ ਕਬਜ਼ਾ ਰਿਹਾ ਹੈ। 1818 ਈਸਵੀ ਵਿੱਚ ਰਣਜੀਤ ਸਿੰਘ ਨੇ ਪਹਿਲੀ ਮੁਹਿੰਮ ਜਿਹੜੀ ਭੇਜੀ ਸੀ ਉਹਦੇ ਵਿੱਚ ਯਾਰ ਮੁਹੰਮਦ ਅਤੇ ਦੋਸਤ ਮੁਹੰਮਦ ਖਾਨ ਜਿਹੜੇ ਸੀ ਇਹ 2 ਭਰਾ ਆ ਗਏ ਸੀ ਜਿਹੜੇ ਕਿ ਅਫਗਾਨਿਸਤਾਨ ਦੇ ਗਵਰਨਰ ਹੈਗੇ ਸੀ, ਉਹਨਾਂ ਨੂੰ ਹਰਾ ਦਿੱਤਾ। ਪਰ ਰਣਜੀਤ ਸਿੰਘ ਨੇ 1818 ਈਸਵੀ ਨੂੰ ਯਾਰ ਮੁਹੰਮਦ ਅਤੇ ਦੋਸਤ ਮੁਹੰਮਦ ਨੂੰ ਹਰਾ ਕੇ ਪਿਸ਼ਾਵਰ ਦੇ ਉੱਤੇ ਕਬਜ਼ਾ ਨਹੀਂ ਕੀਤਾ। ਉਸ ਤੋਂ ਬਾਅਦ 1823 ਈਸਵੀ ਵਿੱਚ ਵਜ਼ੀਰ ਮੁਹੰਮਦ ਆਜ਼ਮ ਖਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਨਸ਼ਹਿਰਾ ਵਿਖੇ ਇੱਕ ਘਮਾਸਾਨ ਲੜਾਈ ਵਿੱਚ ਫਿਰ ਉਹਦੇ 'ਤੇ ਕਬਜ਼ਾ ਕਰ ਲਿਆ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ 1834 ਈਸਵੀ ਵਿੱਚ ਐਂਡ ਵਿੱਚ ਪਰਮਾਨੈਂਟਲੀ ਆਪਣੇ ਰਾਜ ਦੇ ਵਿੱਚ ਮਿਲਾ ਲਿਆ। ਸੋ ਇਹ ਸਾਰੀਆਂ ਜਿੱਤਾਂ ਜਿਹੜੀਆਂ ਨੇ ਪ੍ਰੀਖਿਆ ਦੀ ਦ੍ਰਿਸ਼ਟੀ ਨਾਲ ਬੜੀਆਂ ਇੰਪੋਰਟੈਂਟ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਦੇ ਸਾਰ ਜਿਹੜੇ ਨੇ ਉਹ ਯਾਦ ਰਹਿਣਗੇ ਅਤੇ ਪ੍ਰੀਖਿਆ ਵਿੱਚ ਤੁਹਾਡੇ ਲਈ ਸਹਾਈ ਸਾਬਤ ਹੋਣਗੇ। ਧੰਨਵਾਦ।